ਕੀ ਐਮਐਲਏ ਨੂੰ ਜੇ ਉਹ ਆਪਣੀ ਡਿਊਟੀ ਕਰ ਰਿਹਾ ਹੈ ਉਹ ਐਮਐਲਏ ਆਪਣਾ ਕੰਮ ਨਹੀਂ ਕਰ ਸਕਦਾ ਜੇ ਉਹ ਕੰਮ ਕਰਦਾ ਤਾਂ ਕੀ ਅੱਗੇ ਹੜਤਾਲਾਂ ਹੀ ਦੇਖਣ ਨੂੰ ਮਿਲਣਗੀਆਂ ਹਰ ਚੀਜ਼ ਦਾ ਰੇਟ ਫਿਕਸ ਹੈ ਫਰਦ ਦੇ ਤੁਸੀਂ ਚੜਵਾਣੀ ਐਨੇ ਪੈਸੇ ਆ ਜੀ ਫਰਦ ਜਿਹੜੀ ਹੈ ਤੁਹਾਨੂੰ ਇੰਨੀ ਦਿਨ ਚ ਚਾਹੀਦੀ ਐਨੇ ਪੈਸੇ ਆ ਜੀ ਆਮ ਜਨਤਾ ਤਾਂ ਕ੍ਰਪ ਕ੍ਰਪਸ਼ਨ ਦੇ ਇਸ ਜਾਲ ਚ ਫਸੀ ਹੋਈ ਹੈ ਆਮ ਜਨਤਾ ਨੂੰ ਤਾਂ ਪੈਸਾ ਪੇ ਕਰਨਾ ਪੈ ਰਿਹਾ ਔਰ ਇਹਦੇ ਚ ਸਾਖ ਕਿੰਨੀ ਡਿਗਰੀ ਹੈ ਭਗਵਾਨ ਤੁਹਾਨੂੰ ਸਰਕਾਰ ਆਪ ਅਸੀ ਕਰਨੀ ਵੇਸ ਤੋਂ ਇੰਨੇ ਪੈਸੇ ਆਪ ਅਸੀ ਕਰਨੀ ਵੇਸ ਤੋਂ ਇੰਨੇ ਪੈਸੇ ਉਹ ਇਕੱਠੇ ਕਰਕੇ ਉਹਨੇ ਤਹਿਸੀਲਦਾਰ ਦੇ ਕੋਲੇ ਕੰਨੀ ਦੇਣ ਜਾਣੇ ਸੀ ਤੁਸੀਂ ਇਮਾਨਦਾਰ ਪੱਤਰਕਾਰੋ ਫਿਰ ਤੁਹਾਨੂੰ ਕਾਦਾ ਇਨਕਮ ਟੈਕਸ ਦਾ ਡਾਰਾ ਹੈ ਕਾਦਾ ਈਟੀ ਦਾ ਡਾਰਾ ਤੇ ਕਾਦਾ ਤੁਹਾਨੂੰ ਬਿਜਲੈਂਸ ਦਾ ਡਾਰਾ ਐਮਐਲਏ ਐਮਐਲਏ ਕੀ ਕਰ ਲੇਗਾ ਤਹਿਸੀਲਦਾਰ ਚਾਨਕ ਸਟ੍ਰਾਈਕ ਤੇ ਚਲੇ ਗਏ ਨੇ ਡੀਸੀ ਦਫ਼ਤਰਾਂ ਚ ਕੰਮ ਠੱਪ ਪੈ ਚੁੱਕਿਆ ਰੌਣ ਵਾਲੇ ਦਿਨਾਂ ਦੇ ਵਿੱਚ ਇਹ ਹੜਤਾਲ ਵਧਣ ਦੀ ਗੱਲ ਕੀਤੀ ਜਾ ਰਹੀ ਹੈ 26 ਤਰੀਕ ਨਿਰਧਾਰਤ ਕਰ ਦਿੱਤੀ ਗਈ ਹੈ ਪਰ ਆਖਰਕਾਰ ਮਸਲਾ ਕੀ ਪੈ ਗਿਆ ਕਿਉਂ ਤਹਿਸੀਲਦਾਰਾਂ ਨੂੰ ਅਚਾਨਕ ਹੜਤਾਲ ਕਰਨੀ ਪੈਗੀ ਕਿਸ ਵਾਸਤੇ ਜ਼ਮੀਨਾਂ ਤੇ ਸੜਕਾਂ ਤੇ ਆ ਕੇ ਬੈਠ ਗਏ ਨੇ ਤਹਿਸੀਲਦਾਰ ਨਾਲ ਦੇ ਨਾਲ ਜਿਹੜੇ ਐਮਐਲਏ ਦਿਨੇਸ਼ ਕੁਮਾਰ ਚੱਡਾ ਉਹਨਾਂ ਦੇ ਮੁਤਲਕ ਜਿਹੜੀਆਂ ਖਬਰਾਂ ਚੱਲ ਰਹੀਆਂ ਨੇ ਜਿਹੜੇ ਉਹਨਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਹੋ ਰਹੇ ਨੇ ਉਹਨਾਂ ਦੇ ਬਾਰੇ ਵੀ ਤੁਹਾਡੇ ਸਾਹਮਣੇ ਰੱਖਾਂਗੇ ਪਰ ਇੱਥੇ ਇੱਕ ਗੱਲ ਜਾਣਨੀ ਜ਼ਰੂਰੀ ਹੈ ਕਿ ਕੀ ਇੱਕ ਐਮਐਲਏ ਨੂੰ ਆਪਣਾ ਕੰਮ ਕਰਨਾ ਮੁਸ਼ਕਲ ਹੈ ਕੀ ਇੱਕ ਐਮਐਲਏ ਨੂੰ ਜੇ ਉਹ ਆਪਣੀ ਡਿਊਟੀ ਕਰ ਰਿਹਾ ਹੈ ਉਹ ਐਮਐਲਏ ਆਪਣਾ ਕੰਮ ਨਹੀਂ ਕਰ ਸਕਦਾ ਜੇ ਉਹ ਕੰਮ ਕਰਦਾ ਤਾਂ ਕੀ ਅੱਗੇ ਹੜਤਾਲਾਂ ਹੀ ਦੇਖਣ ਨੂੰ ਮਿਲਣਗੀਆਂ हाल ही ਦੇ ਵਿੱਚ ਇੱਕ ਜਿਹੜਾ ਸਟਿੰਗ ਆਪਰੇਸ਼ਨ ਹੋਇਆ ਹਾਲ ਹੀ ਦੇ ਵਿੱਚ ਇੱਕ ਛਾਪਾ ਮਾਰਿਆ ਗਿਆ ਐਮਐਲਏ ਵੱਲੋਂ ਔਰ ਉਸ ਛਾਪੇ ਤੋਂ ਬਾਅਦ ਇਹੋ ਜਿਹਾ ਰੋਸ ਜਾਗਿਆ ਉਸ ਦੌਰਾਨ ਜੋ ਕੁਝ ਹੋਇਆ ਉਹ ਵੀ ਅਸੀਂ ਸਾਰਾ ਕੁਝ ਦੇਖਿਆ ਬੀਤੇ ਦਿਨੀ ਖਬਰਾਂ ਸਾਹਮਣੇ ਆਉਂਦੀਆਂ ਰਹੀਆਂ ਪਰ ਹੁਣ ਹੜਤਾਲ ਦਾ ਰੂਪ ਅਖਤਿਆਰ ਕਰ ਲਿਆ ਗਿਆ ਇਹੋ ਜਿਹਾ ਕਿ ਕੈਸਾ ਰੋਸ ਹੈ ਕਿ ਇੱਕ ਐਮਐਲਏ ਆਪਣੀ ਡਿਊਟੀ ਹੀ ਨਹੀਂ ਕਰ ਸਕਦਾ ਇਸ ਬਾਰੇ ਜਾਣਨ ਨੂੰ ਅੱਜ ਆਪਾਂ ਪਹੁੰਚੇ ਆਂ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਜੀ ਕੋਲ ਸਰ ਬਹੁਤ ਸਵਾਗਤ ਹੈ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਸੜਕਾਂ ਤੇ ਸਰ ਜਿਸ ਤਰ੍ਹਾਂ ਆਮ ਦੇਖ ਰਹੇ ਆ ਅਸੀਂ ਜੋ ਹਾਲਾਤ ਬਣੇ ਹੋਏ ਨੇ ਪੂਰੇ ਪੰਜਾਬ ਦੇ ਵਿੱਚ ਤਹਿਸੀਲਦਾਰ ਤਾਂ ਕਹਿੰਦੇ ਅਸੀਂ ਕੰਮ ਹੀ ਨਹੀਂ ਕਰਨਾ ਪੈਨ ਛੱਡ ਦਿੱਤੇ ਸੜਕਾਂ ਤੇ ਬਹਿ ਗਏ ਹੁਣ ਕੀ ਇੱਕ ਐਮਐਲਏ ਕੰਮ ਹੀ ਨਹੀਂ ਕਰ ਸਕਦਾ ਇਸ ਪੂਰੇ ਮਾਮਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਕੋ ਸਭ ਤੋਂ ਵੱਡੀ ਪਹਿਲਾਂ ਹੀ ਤਾਂ ਗੱਲ ਇਹ ਸਮਝ ਨਹੀਂ ਪੈਗੀ ਐਮਐਲਏ ਹੈ ਕੀ ਹੈ ਐਮਐਲਏ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਪੰਜਾਬ ਵਿਧਾਨ ਸਭਾ ਦਾ ਜਾਂ ਜਿਹੜੀ ਵੀ ਮਤਲਬ ਸੂਬਾ ਪੈਂਦਾ ਉਹਦੀ ਵਿਧਾਨ ਸਭਾ ਦਾ ਮੈਂਬਰ ਔਰ ਇਹ ਕੋਈ ਨੋਮੀਨੇਟ ਨਹੀਂ ਹੈਗੇ ਇਹ ਜਿੱਤ ਕੇ ਆਏ ਹੋਏ ਨੇ ਜੇ ਆਪਾਂ ਗੱਲ ਕਰੀਏ ਇੱਕ ਕੌਨਸਟੀਚੂਐਂਸੀ ਚੋ ਕਰੀਬ ਲੱਖ ਸਵਾ ਲੱਖ ਵੋਟ ਹੁੰਦੀ ਆ ਔਰ ਉਹਦੇ ਚੋਂ ਜੇ ਇਹ ਜਿੱਤੇ ਨੇ ਤੇ 30 40 ਹਜ਼ਾਰ ਵੋਟ ਇਹਨਾਂ ਨੂੰ ਪਈ ਆਦਾ ਯਾਨੀ 40 ਹਜ਼ਾਰ ਬੰਦੇ ਨੇ ਇੱਕ ਵਿਧਾਨ ਸਭਾ ਖੇਤਰ ਚ ਇੱਕ ਐਮਐਲਏ ਤੇ ਜਿਤਾਨ ਲਈ ਵਿਸ਼ਵਾਸ ਕੀਤਾ ਜੇ ਐਮਐਲਏ ਇੱਕ ਟੁੱਟੀ ਸੜਕ ਨੂੰ ਚੈੱਕ ਕਰ ਸਕਦਾ ਹੈ ਤੇ ਤਹਿਸੀਲਦਾਰ ਦੇ ਕੰਮਕਾਜ ਨੂੰ ਚੈੱਕ ਕਿਉਂ ਨਹੀਂ ਕਰ ਸਕਦਾ ਜਿਹੜੀ ਐਮਐਲਏ ਦੀ ਇੱਕ ਸੰਵਿਧਾਨਿਕ ਜਿਹੜੀ ਇਹਦਾ ਅਹੁਦਾ ਹੈਗਾ ਜੇ ਆਪਾਂ ਇਹਨੂੰ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਦੇਖੀਏ ਤੇ ਇਹ ਚੀਫ ਸੈਕਟਰੀ ਤੋਂ ਵੀ ਉੱਪਰ ਹੈ ਤੇ ਚੀਫ ਸੈਕਟਰੀ ਹੈਜ਼ ਟੂ ਰਿਪੋਰਟ ਟੂ ਐਮਐਲਏ ਪਹਿਲੀ ਗੱਲ ਤਾਂ ਇਹ ਆ ਦੂਜੀ ਜਿਹੜੀ ਗੱਲ ਹੈਗੀ ਹੈ ਕਿ ਤਹਿਸੀਲਦਾਰਾਂ ਨੂੰ ਕੀ ਪ੍ਰੋਬਲਮ ਆਂਦੀ ਆ ਅਬ ਵਿਜੀਲੈਂਸ ਮੇਰੇ ਹਿਸਾਬ ਨਾਲ ਹੁਣੇ ਪਿੱਛੇ ਜੀ ਇੱਕ ਵਿਜੀਲੈਂਸ ਦੀ ਚਿੱਠੀ ਵੀ ਵਾਇਰਲ ਹੋਈ ਜਿਸ ਚ ਤਹਿਸੀਲਦਾਰਾਂ ਦੇ ਨਾਮ ਸੀਗੇ ਬਈ ਇਹ ਫਲਾਣੇ ਬੰਦਿਆਂ ਦੇ ਥਰੂ ਵੱਢੀ ਲੈਂਦੇ ਆ ਮੈਨੂੰ ਇੱਕ ਗੱਲ ਹਜੇ ਤੱਕ ਉਹ ਚਿੱਠੀ ਜਿਹੜੀ ਆ ਤੁਸੀਂ ਪ੍ਰੈਸ਼ਰ ਪਾ ਕੇ ਰੁਕਵਾ ਲਈ ਸਾਰਾ ਕੁਝ ਕਰ ਲਿਆ ਲੇਕਿਨ ਗੱਲ ਇਹ ਆ ਕਿ ਇਹ ਤਾਂ ਸੋਚੋ ਬਈ ਜਿਹੜੇ ਲੋਕਾਂ ਨੇ ਇੱਕ ਇਮਾਨਦਾਰ ਸਰਕਾਰ ਨੂੰ ਲਿਆਂਦਾ ਪੁਰਾਣੀ ਰਵਾਇਤੀ ਪਾਰਟੀਆਂ ਨੂੰ ਉਹਨਾਂ ਨੇ ਖੁੱਡੇ ਲਾਈਨ ਲਾਇਆ ਤੇ ਲੋਕਾਂ ਦਾ ਇੱਕ ਜज्ਬਾ ਹੈ ਕਿ ਪੰਜਾਬ ਨੂੰ ਬਦਲਾਵ ਵੱਲ ਲਈਏ ਪੰਜਾਬ ਨੂੰ ਭ੍ਰਸ਼ਟਾਚਾਰ ਮੁਕਤ ਬਣਾਈਏ ਪੰਜਾਬ ਦੇ ਲੋਕ ਇਹ ਜਿਹੜੀ ਆਰਗੇਨਾਈਜ਼ਡ ਕਰਪਸ਼ਨ ਆ ਇਹ ਤੋਂ ਆਪਾਂ ਨਿਕਲ ਗਏ ਆਈ ਆਰਗੇਨਾਈਜ਼ ਕਰਪਸ਼ਨ ਕੀ ਹੁੰਦੀ ਆ ਤਹਿਸੀਲਦਾਰ ਨੇ ਸਿੱਧੇ ਪੈਸੇ ਨਹੀਂ ਲੈਣੇ ਬਸੀਕਾ ਨਵੀਸ ਨੇ ਜਦੋਂ ਤੁਹਾਡੀ ਰਜਿਸਟਰੀ ਕਰਨੀ ਉਹਨੇ ਉਦੋਂ ਹੀ ਪਰਚੀ ਦੇ ਵਿੱਚ ਆਪਣੇ ਪੈਸੇ ਜੋੜ ਦੇਣੇ ਇਹ ਆਰਗੇਨਾਈਜ਼ ਕਰਪਸ਼ਨ ਆ ਤਾਂ ਤਹਿਸੀਲਦਾਰ ਨੇ ਉਹ ਪੈਸੇ ਜਿਹੜੇ ਆ ਅਗਲੇ ਦਿਨ ਬਸੀਕਾ ਨਵੀਸਾਂ ਤੋਂ ਇਕੱਠੇ ਕਰਾਣੇ ਆਪਣਾ ਕੋਈ ਕਰਿੰਦਾ ਭੇਜ ਕੇ ਉਹਨਾਂ ਦੇ ਘਰਾਂ ਚੋਂ ਕਰਾ ਲੂਗਾ ਉਹਨਾਂ ਦੇ ਕਿਤੇ ਰਸਤੇ ਜਾਂਦੇ ਔਰ ਇਸ ਆਰਗੇਨਾਈਜ਼ ਕਰਪਸ਼ਨ ਨੂੰ ਬ੍ਰੇਕਡਾਊਨ 2-3 ਵਾਰ ਵਿਜੀਲੈਂਸ ਨੇ ਕੀਤਾ ਵੀ ਮੈਨੂੰ ਯਾਦ ਆ ਇੱਕ ਵਾਰ ਹੁਸ਼ਿਆਰਪੁਰ ਚ ਬ੍ਰੇਕਡਾਊਨ ਹੋਇਆ ਜਦੋਂ ਡੀਐਸਪੀ ਵਿਜੀਲੈਂਸ ਨਰਿੰਦਰ ਸਿੰਘ ਸੀ ਉਹਨਾਂ ਨੇ ਇੱਕ ਖਰੀਂਦਾ ਫੜ ਲਿਆ ਕ੍ਰਿੰਦਰ ਨੂੰ ਕਿਹਾ ਵੀ ਤੂੰ ਪੈਸੇ ਵੱਧ ਕਿਉਂ ਲਿੱਤੇ ਬਸੀਕੇ ਨੂੰ ਕਿਹਾ ਉਹ ਕਹਿੰਦਾ ਜੀ ਇਹ ਚ 20000 ਰੁਪਇਆ ਤਹਿਸੀਲਦਾਰ ਸਾਹਿਬ ਦਾ ਉਹਨੇ ਤਹਿਸੀਲਦਾਰ ਸਾਹਿਬ ਦੇ ਸਾਹਮਣੇ ਕਹਿ ਦਿੱਤਾ ਜਦੋਂ ਆਰਗੇਨਾਈਜ਼ਡ ਕ腐ਸ਼ਨ ਇੱਕ ਅਫਸਰ ਕੋ ਜਾਣੀ ਹੁਣ ਆ ਮੰਨ ਲਓ ਆਪਾਂ ਡੀਆਈਜੀ ਹੈ ਜਿਹੜੇ ਇੰਦਰਬੀਰ ਸਿੰਘ ਇਹਨਾਂ ਨੇ ਕਿਹੜਾ ਸਿੱਧੇ ਕਰਪਸ਼ਨ ਦਾ ਇਹਨਾਂ ਦੇ ਚਾਰਜ ਆ ਯਾ ਅਲੀਗੇਸ਼ਨ ਇਹਨਾਂ ਨੂੰ ਵੀ ਇੱਕ ਡੀਐਸਪੀ ਨੇ ਕਿਹਾ ਕਿ ਮੈਂ ਇਹਨਾਂ ਨੂੰ ਪੈਸੇ ਦਿੱਤੇ ਉਹਨਾਂ ਨੂੰ ਕੇਸ 'ਚ ਨਾਮਜ਼ਦ ਕਰ ਲਿਆ ਜੇ ਇੱਕ ਆਈਪੀਐਸ ਅਫਸਰ ਇਸ ਚੀਜ਼ ਨੂੰ ਫੇਸ ਕਰ ਰਿਹਾ ਤੇ ਇਹ ਜਿਹੜਾ ਵਾ ਜਿਹਦਾ ਆਮ ਕਾਮਨ ਮੈਨ ਨਾਲ ਕੋਈ ਲਿੰਕ ਨਹੀਂ ਤਹਿਸੀਲਦਾਰ ਦਾ ਕਾਮਨ ਮੈਨ ਨੂੰ ਮਿਲਦੇ ਨੇ ਤੁਸੀਂ ਇਹ ਦੇਖੋ ਜਾ ਕੇ ਕਿਹੜਾ ਵਸੀਕਾ ਨਵੀਸ ਆ ਜਿਹੜੇ ਤਹਿਸੀਲਦਾਰ ਦੇ ਪੈਸਿਆਂ ਨੂੰ ਰਜਿਸਟਰੀ ਦੇ ਨਾਲ ਨਹੀਂ ਲੈਂਦਾ ਹਰ ਚੀਜ਼ ਦਾ ਰੇਟ ਫਿਕਸ ਫਰਦ ਦੇ ਚੁਰਸੀ ਚੜਵਾਣੀ ਐ ਇੰਨੇ ਪੈਸੇ ਆ ਜੀ ਫਰਦ ਜਿਹੜੀ ਆ ਤੁਹਾਨੂੰ ਇੰਨੀ ਦੇਰ ਚ ਚਾਹੀਦੀ ਐ ਇੰਨੇ ਪੈਸੇ ਆ ਜੀ ਹਜੇ ਕੀ ਸਰਕਾਰੀ ਫੀਸ ਨਾਲ ਦਿੱਤੀ ਜਾਂਦੀ ਆ ਫੇਰ ਫਰਦ ਦੇ ਪੈਸੇ ਵਸੀਕਾ ਨਵੀਸ ਲੈਂਦਾ ਕਿ ਫਰਦ ਦੇ ਪੈਸੇ ਮੈਨੂੰ ਦੇ ਕੇ ਜਾਓ ਤਹਿਸੀਲਦਾਰ ਤੋਂ ਇਨਤਕਾਲ ਕਰਵਾਣਾ ਤਹਿਸੀਲਦਾਰ ਨੇ ਮੌਕੇ ਦੇ ਉੱਤੇ ਜਾਣਾ ਹੁੰਦਾ ਉਹਨੇ ਮੌਕੇ ਤੇ ਜਾ ਕੇ ਉਹਦੀ ਰਬਟ ਪੈਣੀ ਐ ਤਾਂ ਉਹਨੇ ਇਨਤਕਾਲ ਮਨਜ਼ੂਰ ਕਰਨਾ ਔਰ ਤਹਿਸੀਲਦਾਰ ਉਹਦੇ ਪੈਸੇ ਵਾਇਆ ਵਸੀਕਾ ਨਵੀਸ ਲੈਂਦਾ ਇਸ ਸਾਰਿਆਂ ਨੂੰ ਪਤਾ ਲੈਂਦਾ ਆਰਗੇਨਾਈਜ਼ਡ ਕਰਪਸ਼ਨ ਦਾ 파ਟ ਹੈ ਲੇਕਿਨ ਮੈਂ ਇੱਕ ਨਾ ਪਿਆ ਫਿਰ ਕਈ ਝੋਲ ਨੇ ਝੋਲ ਹੈ ਕਿ ਜੇ ਤੁਸੀਂ ਰੈ residențial ਰਜਿਸਟਰੀ ਕਰਾਣੀ ਹੈ ਉਹਦੇ ਕਿਤੇ ਪ੍ਰਾਪਰਟੀ ਕਮਰਸ਼ੀਅਲ ਹੋਵੇ ਕਿਉਂਕਿ ਕਮਰਸ਼ੀਅਲ ਤੇ ਤੁਹਾਨੂੰ 10% ਲੱਗਣਾ ਹੈ ਰੈ residențial ਤੇ ਤੁਹਾਨੂੰ ਰੈਵਨਿਊ ਡਿਊਟੀ ਘੱਟ ਲੱਗਣੀ ਹੈ ਔਰ ਇਹ ਸਾਰੇ ਝੋਲ ਨੇ ਤਹਿਸੀਲਦਾਰ ਇਨ੍ਹਾਂ ਚੀਜ਼ਾਂ ਦੇ ਪੈਸੇ ਜ਼ਿਆਦਾ ਲੈਂਦੇ ਨੇ ਇੱਕ ਤਾਂ ਸਿੱਧੀ ਜੀ ਗੱਲ ਹੈ ਕਿ ਕਲੈਕਟਰ ਰੇਟ ਦੇ ਹਿਸਾਬ ਨਾਲ ਹੀ ਇਨ੍ਹਾਂ ਦੀਆਂ ਫੀਸਾਂ ਤੈਅ ਵਾ ਜੀ ਕਲੈਕਟਰ ਰੇਟ ਤੁਹਾਡਾ ਜਿਹੜਾ ਵਾ ਲੱਗੇਗੀ ਆ ਪ੍ਰਾਪਰਟੀ ਦੇ ਵਿੱਚ 1 ਵਾਈਟ ਮਣੀ ਜਿਹੜੀ 1 ਕਰੋੜ ਰੁਪਏ ਦੀ جاری ਆ ਫਿਰ ਇਹਨਾਂ ਨੇ ਉਸ ਹੱਬ ਨਾਲ ਆਪਣਾ 2 ਲੱਖ ਰੁਪਏ ਕਰ ਦੇਣਾ ਕਈ ਜਗ੍ਹਾ 50 ਹਜ਼ਾਰ ਛੱਡ ਵੀ ਦਿੰਦੇ ਹੋਣਗੇ ਪਰ ਗੱਲ ਇਹ ਹੈ ਕਿ ਆਮ ਜਨਤਾ ਤਾਂ ਕਰਪ ਕ੍ਰਪਸ਼ਨ ਦੇ ਇਸ ਜਾਲ ਚ ਫਸੀ ਹੋਈ ਆ ਨਾ ਆਮ ਜਨਤਾ ਨੂੰ ਤਾਂ ਪੈਸਾ ਪੇ ਕਰਨਾ ਪੈ ਰਿਹਾ ਔਰ ਇਹਦੇ ਚ ਸਾਖ ਕਿਦੀ ਡਿਗਰੀ ਆ ਭਗਵੰਤ ਮਾਨ ਸਰਕਾਰ ਦੀ ਇਹਦੇ ਚ ਸਾਖ ਤਹਿਸੀਲਦਾਰਾਂ ਦੀ ਥੋੜਾ ਡਿਗਦੀ ਆ ਔਰ ਦੂਜੀ ਜਿਹੜੀ ਗੱਲ ਹੈ ਤਹਿਸੀਲਦਾਰਾਂ ਨੂੰ ਦਾ ਪੱਖ ਵੀ ਸੁਣਿਆ ਜਾਣਾ ਚਾਹੀਦਾ ਕਿ ਉਹ ਜਿਹੜੀ ਕ੍ਰਾਪਸ਼ਨ ਦਾ 파ਟ ਹੈ ਉਹ ਵੀ ਅਗਲੇ ਮੂੰਹ ਤੇ ਕਹਿੰਦੇ ਆ ਭਈਆ ਜਦੋਂ ਤੁਹਾਡੇ ਮੰਤਰੀ ਸੰਤਰੀ ਆਂਦੇ ਨੇ ਤੁਹਾਡੇ ਵੱਡੇ ਵੱਡੇ ਸਾਨੂੰ ਖਰਚੇ ਪੈਂਦੇ ਨੇ ਤੇ ਪੈਸੇ ਕੌਣ ਖਰਚ ਕਰਦਾ 500 ਬੰਦੇ ਦੀ 300 ਬੰਦੇ ਦੀ ਰੋਟੀ ਕਰ ਦੋ ਕੌਣ ਪੈਸੇ ਦਿੰਦਾ ਇਹਦੇ ਇਹਦੇ ਪੈਸੇ ਤਹਿਸੀਲਦਾਰ ਦਿੰਦਾ ਗਵਰਨਮੈਂਟ ਇਹਦੇ ਵੱਲੋਂ ਫੰਡ ਮੁਹੱਈਆ ਨਹੀਂ ਕਰਾਂਦੀ ਅਕਸਰ ਤਹਿਸੀਲਦਾਰ ਭਰੀਆਂ ਮੀਟਿੰਗਾਂ ਦੇ ਵਿੱਚ ਕਹਿੰਦੇ ਆ ਉਹ ਮੈਨੂੰ ਯਾਦ ਆ ਗਿਆ ਇੱਕ ਵਾਰ ਯਾਰ ਬਾਦਲ ਸਾਹਿਬ ਨੇ 2007 ਚ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੋਹ ਬਣ ਚੱਕੀ 2007 ਮੈਂ ਦੱਸਣ ਲੱਗਾ ਇਹ ਅੱਜ ਕਿੰਨੇ ਸਾਲ ਹੋ ਗਏ 16 ਸਾਲ 16 ਸਾਲ ਪਹਿਲਾਂ ਬਾਦਲ ਸਾਹਿਬ ਜਿੱਦਣ ਚੀਫ ਮਿਨਿਸਟਰ ਬਣੇ ਤੇ ਦੋ ਚਾਰ ਦਿਨਾਂ ਬਾਅਦ ਜਲੰਧਰ ਆਏ ਮੈਨੂੰ ਵਾਕਿਆ ਯਾਦ ਹੈ ਡੀਸੀ ਆਫਿਸ ਦੇ ਕੰਪਲੈਕਸ 'ਚ ਬੈਠੇ ਵੱਡੇ ਬਾਦਲ ਸਾਹਿਬ ਤੇ ਮੀਟਿੰਗ ਹੋਈ ਉਹਨਾਂ ਨੇ ਨਾਲ ਹੀ ਤਹਿਸੀਲਦਾਰ ਨੂੰ ਕਿਹਾ ਹੁਣ ਤੁਸੀਂ ਬੱਸ ਕਰ ਦਿਓ ਮੈਂ ਵੀ ਰਜਿਸਟਰੀ ਕਰਾਨਾ ਮੈਨੂੰ ਪਤਾ ਤੁਸੀਂ ਮੈਂ ਕਿੱਦਾਂ ਪੈਸੇ ਲੈ ਕੇ ਰਜਿਸਟਰੀ ਕਰਦੇ ਹੋ ਹੁਣ ਇਹ ਬੰਦ ਕਰ ਦਿਓ ਗੱਲ ਤੱਕ ਕਹਿ ਗਏ ਲੇਕਿਨ ਬੰਦਾਜ ਤੱਕ ਨਹੀਂ ਹੋਈ 16 ਸਾਲ ਪਹਿਲਾਂ ਵੱਡੇ ਬਦਲ ਸਾਹਿਬ ਨੇ ਗੱਲ ਕਹੀ ਸੀ ਉਸ ਤੋਂ ਬਾਅਦ ਉਹਨਾਂ ਨੇ ਦੋ ਵਾਰ ਸਰਕਾਰ ਹੰਡਾਈ 2007 ਤੋਂ 12 12 ਤੋਂ 17 ਔਰ ਇਹ ਇੱਕ ਵਾਰ ਮੈਨੂੰ ਯਾਦ ਆ 2003 ਦੀ ਗੱਲ ਵੀ ਹੈ ਇੱਥੇ ਆਈ ਐਸ ਅਫਸਰ ਕ੍ਰਿਸ਼ਨ ਕੁਮਾਰ ਐਸ ਡੀ ਐਮ ਹੁੰਦੇ ਸੀ ਹੀ ਵਾਸ ਅੰਡਰ ਟ੍ਰੇਨਿੰਗ ਐਟ ਦੈਟ ਟਾਈਮ ਕ੍ਰਿਸ਼ਨ ਕੁਮਾਰ ਸਭ ਨੂੰ ਪਤਾ ਕਿ ਪੰਜਾਬ ਦਾ ਇੱਕ ਮਾਨਦਾਰ ਆਈ ਐਸ ਅਫਸਰ ਹੈ ਔਰ ਇਹ ਆਰਗੇਨਾਈਜ਼ਡ ਕਰਪਸ਼ਨ ਦੀ ਗੱਲ 2003 20 ਸਾਲ ਪਹਿਲਾਂ ਕ੍ਰਿਸ਼ਨ ਕੁਮਾਰ ਦੇ ਨੋਟਿਸ 'ਚ ਵੀ ਆਈ। ਉਹਨਾਂ ਨੇ ਇੱਕ ਸਵੇਰੇ ਸਵੇਰੇ ਇੱਕ ਕਰਿੰਦਾ ਫੜ ਲਿਆ ਝੋਲਾ ਲੈ ਕੇ ਜਾਂਦਾ ਪਿਆ ਸੀ। ਉਹ ਝੋਲੇ ਦੀ ਤਲਾਸ਼ੀ ਲਈਤੀ ਵਿੱਚੋਂ ਪੈਸੇ ਵੀ ਨਿਕਲੇ ਤੇ ਡੀ ਲਿਸਟ ਨਿਕਲੀ। ਆ ਬਸੀਕਾ ਨਵੀਸ ਤੋਂ ਇੰਨੇ ਪੈਸੇ ਆ ਬਸੀਕਾ ਨਵੀਸ ਤੋਂ ਇੰਨੇ ਪੈਸੇ ਉਹ ਇਕੱਠੇ ਕਰਕੇ ਉਹਨੇ ਤਹਿਸੀਲਦਾਰ ਦੇ ਕੋਲੇ ਕੰਨੀ ਦੇਣ ਜਾਣੇ ਸੀ। ਉਹਨਾਂ ਸਾਰਿਆਂ ਦੇ ਪਰਚਾ ਦੇ ਦਿੱਤਾ। ਅੱਛਾ। ਉਹ ਸਾਰਿਆਂ ਦੇ ਪਰਚਾ ਦੇ ਦਿੱਤਾ ਵਿੱਚੇ ਹੀ ਅਰਜੀ ਨਵੀਸ ਵੀ ਠੋਕਤੇ ਵਿੱਚੇ ਹੀ ਤਹਿਸੀਲਦਾਰ ਵੀ ਠੋਕਤੇ ਹੋਇਆ ਕੁਝ ਵੀ ਨਹੀਂ। ਉਹ ਆ ਕੋਚਬਣੀ ਕਿਉਂਕਿ ਤਹਿਸੀਲਦਾਰ ਜਿਹੜੇ ਆ ਇੱਕ ਇਹ ਪੰਜਾਬ ਸਰਕਾਰ ਦੇ ਰੈਵਨਿਊ ਜਨਰੇਟਰ ਹੈ ਰੈਵਨਿਊ ਕਲੈਕਟਰ ਹੈਗੇ ਇਹਨਾਂ ਨੇ ਪੈਸੇ ਇਕੱਠੇ ਕਰਕੇ ਸਰਕਾਰ ਦਾ ਮਾਲੀ ਖਜ਼ਾਨਾ ਵੀ ਭਰਨਾ ਤੇ ਜਿਹੜੇ ਅਨਧਾਰਕ ਤੌਰ ਤੇ ਜਿਹੜੀ ਗੱਲਾਂ ਕਈਆਂ ਜਾਂਦੀਆਂ ਜੜੀਆਂ ਹੁੰਦੀਆਂ ਸਾਰੇ ਤਹਿਸੀਲਦਾਰ ਇੱਕੋ ਜਿੱਕੇ ਨਹੀਂ ਹੋ ਸਕਦੇ ਇਮਾਨਦਾਰ ਵੀ ਵਿੱਚ ਬਹੁਤ ਨੇ ਇਦਾਂ ਦੀ ਗੱਲ ਨਹੀਂ ਇਮਾਨਦਾਰ ਵੀ ਹੋ ਸਕਦੇ ਲੇਕਿਨ ਗੱਲ ਇਹ ਹੈ ਕਿ ਬਾਅਦ ਦੇ ਵਿੱਚ ਪੈਸੇ ਇਕੱਠੇ ਕਰਕੇ ਉਹਨਾਂ ਨੇ ਵੰਡ ਵੰਡਈਆ ਵੀ ਕਰਨਾ ਹੈ ਇਨਾਂ ਦੇ ਉੱਤੇ ਹੋਰ ਬੜੀਆਂ ਪੋਸਟਾਂ ਐ ਐਸਜੀਐਮ ਇਹਨਾਂ ਦੇ ਉੱਤੇ ਐ ਏਡੀਸੀ ਇਹਨਾਂ ਦੇ ਉੱਤੇ ਐ ਡੀਸੀ ਇਹਨਾਂ ਦੇ ਉੱਤੇ ਐ ਡੀਆਰਓ ਇਹਨਾਂ ਦੇ ਉੱਤੇ ਐ ਉਸ ਤੋਂ ਬਾਅਦ ਐਫਸੀਆਰ ਇਹਨਾਂ ਦੇ ਉੱਤੇ ਐ ਉਸ ਤੋਂ ਬਾਅਦ ਜਿਹੜਾ ਚੰਡੀਗੜ੍ਹ ਦਾ ਪੂਰਾ ਰੈਵਨਿਊ ਅਮਲਾ ਉਹ ਇਹਨਾਂ ਦੇ ਉੱਤੇ ਐ ਉਸ ਤੋਂ ਬਾਅਦ ਡਿਵੀਜ਼ਨਲ ਕਮਿਸ਼ਨਰ ਇਹਨਾਂ ਦੇ ਉੱਤੇ ਕਹਿਣ ਦਾ ਮਤਲਬ ਉਹਨਾਂ ਦੇ ਉੱਤੇ ਵੀ ਬਾਸ 10 ਪੀੜੀਆਂ ਤੱਕ ਅੱਗੇ ਬਾਸ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਭਗਵੰਤ ਮਾਨ ਸਰਕਾਰ ਦਾ 랙 ਜਿਹੜਾ ਨਾ ਉਹ ਹੋਰ ਤਰੀਕੇ ਦਾ ਹੋਣਾ ਚਾਹੀਦਾ ਜਿੰਨੇ ਤਹਿਸੀਲਦਾਰ ਐ ਇਹਨਾਂ ਨੂੰ ਤੁਸੀਂ ਪੱਟੀਆਂ ਦਾ ਵਾਇਰਲ ਕਰ ਦਿੰਦੇ ਹੋ ਇਹਨਾਂ ਦੀ ਮਾਲੀ ਪ੍ਰਾਪਰਟੀ ਦੀਆਂ ਅੱਜ ਇੱਥੇ ਜਲੰਧਰ ਇੱਕ ਲੱਗੇ ਸਰਦਾਰ ਜੀ ਲੰਬੇ ਮੈਂ ਨਾ ਨਾਂ ਕੀ ਲੈਣਾ ਉਹਨਾਂ ਦਾ ਕਰੋੜਾਂ ਰੁਪਏ ਦੀ ਪ੍ਰਾਪਰਟੀ ਦੇ ਮਾਲਕ ਹੈ ਕਰੋੜਾਂ ਰੁਪਏ ਦੀ ਜੇ ਤੁਸੀਂ ਅੱਜ ਕਾਊਂਟਿੰਗ ਵਾਲੀ ਮਸ਼ੀਨ ਲਿਆਓ ਨਾ ਉਹਨਾਂ ਦੀ ਉਹ ਕਾਊਂਟਿੰਗ ਵਾਲੀ ਮਸ਼ੀਨ ਲਿਆਓ ਤੇ ਇੱਕ ਹਫਤਾ ਤੁਹਾਡੇ ਕੋਲ ਨੋਟਾਂ ਦੀ ਕਾਊਂਟਿੰਗ ਨਾ ਖਤਮ ਹੋਵੇ ਜਿੰਨਾ ਉਹਨਾਂ ਨੇ ਆਪਣੇ ਆਪ ਨੂੰ ਪੈਸਾ ਇਕੱਠਾ ਕਰ ਲਿਆ ਕਲੀ ਜਲੰਧਰ ਕਪੂਰਥਲਾ ਜਲੰਧਰ ਕਪੂਰਥਲਾ ਲੁਧਿਆਣਾ ਪੈਸਾ ਇਕੱਠਾ ਕਰਦੇ ਹੋਰ ਗੱਲ ਨਹੀਂ ਸਮਝਦੇ ਭਾਈ ਇਹਨਾਂ ਦੇ ਅਲੀਗੇਸ਼ਨ ਨੇ ਤਹਿਸੀਲਦਾਰਾਂ ਦੇ ਇੱਕ ਸਮਝੋ ਕੀ ਇਹ ਰੈਵਨਿਊ ਡਿਪਾਰਟਮੈਂਟ ਦੇ ਸਭ ਤੋਂ ਵੱਡੇ ਪੰਜਾਬ ਸਰਕਾਰ ਦੇ ਇਲਾਟ ਟੈਪਟ ਔਰ ਪੈਸਾ ਇਕੱਠਾ ਕਰਕੇ ਸਰਕਾਰੀ ਖਜ਼ਾਨੇ ਨੂੰ ਭਰਨਾ ਲੇਕਿਨ ਗੱਲ ਇਹ ਹੈ ਕਿ ਜੇ ਉਹਨਾਂ ਦਾ ਪੱਖ ਵੀ ਸੁਣਿਆ ਜਾਵੇ ਤੇ ਸਰਕਾਰ ਨੂੰ ਕਿਤੇ ਨਾ ਕਿਤੇ ਜਿਹੜੀ ਇਹ ਅਲੀਗੇਸ਼ਨ ਲਗਾਉਂਦੇ ਨੇ ਕਿ ਸਾਨੂੰ ਮਗਾਰਾ ਬਹੁਤ ਪੈਂਦੀਆਂ ਉਹ ਮਗਾਰਾਂ ਦਾ ਵੀ ਤੋੜ ਕਰਨਾ ਚਾਹੀਦਾ ਅਛਾ ਜਿਹੜਾ ਇਹ ਤਾਂ ਹੋ ਗਿਆ ਉਹ ਸਾਰਾ ਪ੍ਰੋਸੀਜਰ ਜਿਹੜਾ ਇੱਕ ਪ੍ਰੋਟੋਕਾਲ ਚ ਹੁੰਦਾ ਆ ਜਿਸ ਤਰ੍ਹਾਂ ਇਹ ਪ੍ਰਸ਼ਾਸਨ ਚੱਲਦਾ ਪਿਆ ਪਰ ਜੋ ਹਾਲ ਹੀ ਦੇ ਵਿੱਚ ਹਾਲਾਤ ਬਣੇ ਨੇ ਜਿਹੜੇ ਐਮਐਲਏ ਸਾਹਿਬ ਦੇ ਨਾਲ ਤਾਲੁਕ ਰੱਖਦੇ ਨੇ ਇਸ ਪੂਰੇ ਵਾਕਿਆ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇੱਕੋ ਪਤਾ ਕੀ ਆ ਐਮਐਲਏ ਦਾ ਕੰਮ ਆ ਜੇ ਉਹ ਦੇਖੋ ਕੰਪਲੇਂਟ ਆਏਗੀ ਲੋਕਾਂ ਦੀ ਲੋਕ ਆਣਗੇ ਤੇ ਉਹ ਇਹ ਤਾਂ ਹੈ ਨਹੀਂਗਾ ਕਿ ਲੋਕਾਂ ਨੂੰ ਕਹੂਗਾ ਤੁਸੀਂ ਬਾਹਰ ਚੱਲ ਜਾਓ ਜੇ ਲੋਕ ਆ ਕੇ ਕਹਿਣਗੇ ਕਿ ਮੈਂ ਰਜਿਸਟਰੀ ਕਰਵਾਉਣ ਲੱਗਾ 10000 ਦੇ ਕੇ ਆਇਆ 5000 ਦੇ ਕੇ ਆਇਆ ਕਿਉਂਕਿ ਤੁਸੀਂ ਇਹਨੂੰ ਔਨ ਰਿਕਾਰਡ ਨਹੀਂ ਲੈ ਸਕਦੇ ਨਾ ਇਹਦਾ ਕੋਈ ਐਵੀਡੈਂਸ ਕ੍ਰੀਏਟ ਨਹੀਂ ਹੋ ਸਕਦਾ। ਔਰ ਇੱਥੇ ਜਾ ਕੇ ਜਿਹੜੀਆਂ ਰਜਿਸਟਰੀਆਂ ਜਾਂ ਉਹਨਾਂ ਨੇ ਤਹਿਸੀਲ ਦੇ ਵਿੱਚ ਥੋੜਾ ਜਿਹਾ ਉਸ ਚੀਜ਼ ਉੱਤੇ ਕੀਤਾ ਤਾਂ ਉਹਨੂੰ ਨੈਗੇਟਿਵ ਨਹੀਂ ਲੈਣਾ ਚਾਹੀਦਾ। ਜੇ ਸਾਬ ਸਿੰਘ ਜੀ ਤੁਸੀਂ ਇਮਾਨਦਾਰ ਪੱਤਰਕਾਰ ਹੋ ਫਿਰ ਤੁਹਾਨੂੰ ਕਾਦਾ ਇਨਕਮ ਟੈਕਸ ਦਾ ਡਰ ਹੈ? ਕਾਦਾ ਆਈਡੀ ਦਾ ਡਰ ਹੈ ਤੇ ਕਾਦਾ ਤੁਹਾਨੂੰ ਬਿਜਲੈਂਸ ਦਾ ਡਰ ਹੈ? ਜੇ ਤੁਸੀਂ ਡਰ ਕਾਦਾ ਫਿਰ ਐਮਐਲਏ ਦਾ? ਐਮਐਲਏ ਐਮਐਲਏ ਕੀ ਕਰ ਲੇਗਾ? ਕੁਝ ਕਰ ਥੋੜਾ ਜਿਹਾ। ਤੁਹਾਡਾ ਕੰਮ ਕਾਜ ਸਹੀ ਹੋਣਾ ਚਾਹੀਦਾ। ਟੱਡਾ 2 ਦਾ ਪੁਆਇੰਟ ਹੋਣਾ ਚਾਹੀਦਾ ਐਮਐਲਏ ਕੀ ਕਰ ਲੇਗਾ ਸੋ ਕਿਤੇ ਨਾ ਕਿਤੇ ਸਰਕਾਰ ਦੇ ਨੁਮਾਇੰਦੇ ਨੇ 92 ਐਮਐਲਏ ਰੂਲਿੰਗ ਪਾਰਟੀ ਦੇ ਨੇ 117 ਟੋਟਲ ਨੇ ਔਰ 92 ਜਿਹੜੇ ਰੂਲਿੰਗ ਪਾਰਟੀ ਨੇ ਉਹ ਸਰਕਾਰ ਦੇ ਜਵਾਬ ਦੇ ਨੇ ਲੋਕਾਂ ਨੇ ਉਹਨਾਂ ਕੋਲ ਜਵਾਬ ਮੰਗਣਾ ਹੈ ਭਗਵੰਤ ਮਾਨ ਨੂੰ ਰਿਪਰੈਜ਼ੈਂਟ ਉਹ ਕਰਦੇ ਨੇ ਗਵਰਨਰ ਤੁਮਾਨੂੰ ਰਿਪਰੈਜ਼ੈਂਟ ਕੌਣ ਕਰਦਾ ਚੀਫ ਮਿਨਿਸਟਰ ਨੂੰ ਹੁੰਦਾ ਐਮ ਐਲ ਏ ਕਰਦਾ ਹੁੰਦਾ ਮਿਨਿਸਟਰ ਕਰਦਾ ਤੇ ਐਮ ਐਲ ਏ ਲੋਕਾਂ ਦਾ ਜਵਾਬ ਦੇ ਲੋਕਾਂ ਨੇ ਜਿਤਾ ਕੇ ਭੇਜਿਆ ਉਹਦਾ ਡੈਮੋਕਰੈਟਿਕ ਰਾਈਟ ਹੈ ਕਿ ਉਹ ਲੋਕਾਂ ਨੂੰ ਹਰ ਗੱਲ ਦਾ ਉਹਦਾ ਆਨਸਰ ਉਹਨੂੰ ਦੇਣਾ ਪੈਣਾ ਤੇ ਅਫਸਰ ਨੂੰ ਪੁੱਛਣਾ ਪੈਣਾ ਜੀ ਜਿਹੜੇ ਆ ਹੜਤਾਲ ਦੇ ਉੱਤੇ ਹੀ ਜਾਈਏ ਜਿਵੇਂ ਅੱਜ ਹੁਣ ਹੋ ਗਈ 26 ਤਰੀਕ ਨੂੰ ਨਿਰਧਾਰਿਤ ਕਰਤੀ ਇਹ ਹੜਤਾਲ ਜਿਹੜੋ ਤੋਂ ਕਿਸਾਨ ਅੰਦੋਲਨ ਹੋਇਆ ਉਹ ਤੋਂ ਤੋਂ ਜ਼ਿਆਦਾ ਆਮ ਹੋ ਗਈ ਚਲੋ ਕਿਸਾਨ ਅੰਦੋਲਨ ਕਹਿ ਸਕਦੇ ਆ ਕਿ ਇੱਕ ਬੁਨਿਆਦ ਸੀ ਬਹੁਤ ਵੱਡਾ ਲੜਾਈ ਸੀ ਇਹ ਗੱਲ ਸੁਣੋ ਜਦੋਂ ਬਿਜ਼ਲੈਂਸ ਨੇ ਹੁਸ਼ਿਆਰਪੁਰ ਆਲਿਆ ਨੇ 56 ਕੱਸਿਆ ਨੈਪ ਤਸੀਹਂਦਾਰ ਫੜਿਆ ਉਦੋਂ ਤਾਂ ਭਗਵੰਤਬਾਨ ਦੀ ਸਰਕਾਰ ਨੰਨੇ ਨੂੰ ਜ਼ਿਆਦਾ ਕਿ ਨਵੀਂ ਨਵੀਂ ਬਣੀ ਸੀ ਗੋਡੇ ਲਵਾਤੇ ਇਹਨਾਂ ਨੇ ਸਰਕਾਰ ਦੇ ਸਾਰਿਆਂ ਨੇ ਹੜਤਾਲ ਕਰਤੀ ਚਾਰ ਪੰਜ ਦਿਨ ਹੜਤਾਲ ਹੀ ਚਲਦੀ ਰਹੀ ਹਾਰ ਕੇ ਸਰਕਾਰ ਨੂੰ ਉਹਨੂੰ ਰਿਹਾ ਕਰਨਾ ਪਿਆ ਸੋ ਕਿਤੇ ਨਾ ਕਿਤੇ ਕਰਪਸ਼ਨ ਨੂੰ ਇੱਕ ਸੈਕਟਰੋਂ ਤੁਸੀਂ ਛੋਟੇ ਨਹੀਂ ਨਾ ਦੇ ਸਕਦੇ ਲੋਗ ਕਰਪਟ ਸਿਸਟਮ ਆਰਗੇਨਾਈਜ਼ਡ ਕਰਪਸ਼ਨ ਤੋਂ ਦੁਖੀ ਆ ਆਰਗੇਨਾਈਜ਼ਡ ਕਰਪਸ਼ਨ ਨੂੰ ਖਤਮ ਕਰਨਾ ਆਰਗੇਨਾਈਜ਼ਡ ਕਰਪਸ਼ਨ ਕੀ ਆ ਹੁਣ ਮੈਂ ਡਰਾਈਵਿੰਗ ਲਾਇਸੈਂਸ ਬਣਵਾਣਾ ਮੈਂ ਇੱਥੇ ਦਲਾਲ ਨੂੰ ਪੈਸੇ ਦੇਣੇ ਉਹਨੇ ਹੀ ਮੇਰੇ ਸਾਰੇ ਕਾਗਜ਼ ਫੜ ਲੈਣੇ ਉਹਨੇ ਹੀ ਅਪੁਆਇੰਟਮੈਂਟ ਲੈਣੀ ਉਹਨੇ ਹੀ ਅੱਗੋਂ ਸਾਰੀਆਂ ਫਾਈਲਾਂ ਕਰਾਸ ਕਰਸ ਕਰਾ ਕੇ ਉਹਨੇ ਕਹਿਣਾ ਲਾਇਸੈਂਸ ਤੁਰਪੇ ਆ ਇਹ ਆਰਗੇਨਾਈਜ਼ਡ ਕਰਪਸ਼ਨ ਆ ਔਰ ਕਿਉਂਕਿ ਬਰੇਵਨ ਚੋਲ ਬੋਲ ਚੋਲ ਇੱਕ ਤਰ੍ਹਾਂ ਦੇ ਨਹੀਂ ਹੁੰਦੇ ਚੋਲ 25 ਤਰ੍ਹਾਂ ਦੇ ਆ ਐਨਓਸੀ ਦੀ ਅਲੱਗ ਪ੍ਰੋਬਲਮ ਚੱਲਦੀ ਪਈ ਆ ਸਰਕਾਰ ਸਰਕਾਰ ਵੀ ਥੋੜਾ ਜਿਹਾ 1.5 ਸਾਲ ਹੋ ਚੱਲਿਆ ਤੁਸੀਂ ਐਨਓ ਦੀ ਸਮੱਸਿਆ ਐਨਓਸੀ ਦੀ ਸਮੱਸਿਆ ਦਾ ਹੱਲ ਕਰ ਲਓ ਤੁਸੀਂ ਕਹਿ ਦਿਓ ਜੀ ਜਿੰਨੀ ਪ੍ਰਾਪਰਟੀ ਦੀ ਵੈਲਿਊ ਹੈ 2% ਇੱਥੇ ਹੀ ਆਪਣੀ ਡਿਊਟੀ ਜਮ੍ਹਾਂ ਕਰਾਓ ਤੇ ਤੁਸੀਂ ਆਪਣੀ ਰਜਿਸਟਰੀ ਕਰਾ ਲਓ ਕਪਟਨ ਆਪਣੇ ਆਪ ਕੱਢ ਜੂਗੀ ਖਤਮ ਹੋ ਜੂਗੀ ਮੇਰੀ ਗੱਲ ਨਹੀਂ ਸਮਝਦੇ ਬਈ ਤੁਸੀਂ ਰੈਗੂਲਰ ਕਰਨੀਆਂ ਪ੍ਰਾਪਰਟੀਆਂ ਕਰਨੀਆਂ ਪੈਣੀਆਂ ਤੁਹਾਨੂੰ 2023-24 ਤੱਕ 31 ਤੱਕ 22 ਤੱਕ ਦਸੰਬਰ ਤੰਤਕ ਕਰੋਗੇ ਕਰਕੇ ਤੁਸੀਂ ਕੋ ਜੀ ਇਹਨਾਂ ਨੂੰ ਠੀਕ ਹੈ 2% ਜਿੰਨੀ ਪ੍ਰਾਪਰਟੀ ਹੈ ਉੱਥੇ ਰਸੀਦ ਘਟਾਓ ਉਹ ਕਾਰਪੋਰੇਸ਼ਨ ਨੂੰ ਤੇ ਡਿਵੈਲਪਮੈਂਟ ਨੂੰ ਫੰਡ ਭੇਜ ਦਿਓ ਜੋ ਜੀਡੀਏ ਦਾ ਜੀਡੀਏ ਨੂੰ ਭੇਜ ਦਿਓ ਜੋ ਦਾ ਲੇਕਿਨ ਗੱਲ ਇਹ ਹੈ ਕਿ ਤੁਸੀਂ ਵੀ ਤਾਂ ਲੋਕਾਂ ਨੂੰ ਰਾਇ ਇੱਥੇ ਦਿਓ ਨਾ ਇਹ ਲੋਕਾਂ ਨੂੰ ਫੈਸਿਲਿਟੀ ਨਹੀਂ ਮਿਲਦੀ ਫਿਰ ਲੋਕ ਐਸਾ ਸਿਸਟਮ ਨੂੰ ਅਡਾਪਟ ਕਰਦੇ ਆ ਲੋਕ ਕਿ ਇਹਨਾਂ ਦੇ ਜਾਲ ਚ ਫਸਦੇ ਆ ਦਲਾਲਾਂ ਦੇ ਜਾਲ ਚ ਫਸਦੇ ਆ ਬਸਿਕਿਆਂ ਦੇ ਜਾਲ ਚ ਫਸਦੇ ਆ ਕਿ ਲਿਆਓ ਯਾਰ ਮੈਨੂੰ ਕਿਸੇ ਤਰੀਕੇ ਮੇਰੀ ਰਜਿਸਟਰੀ ਕਰਾਓ ਮੈਂ ਗਲੋਂ ਲੱਥਾ ਮੈਂ ਮੈਂ ਪੈਸੇ ਲਵਾ ਮੈਂ ਕਿਤੇ ਅੱਗੇ ਦੇਣੇ ਮੈਂ ਬੈਂਕ ਦਾ ਕਰਜ਼ਾ ਲਿੱਤਾ ਬੈਂਕ ਦਾ ਲੋਨ ਆਇਆ ਹੋਇਆ ਮੇਰੀ ਰਜਿਸਟਰੀ ਨਹੀਂ ਹੁੰਦੀ ਬਈ ਸੋ ਇਹ ਸਾਰੀਆਂ ਚੀਜ਼ਾਂ ਸਰਕਾਰ ਨੂੰ ਸਿੰਪਲਾਈਜ਼ ਕਰ ਦੇਣੀਆਂ ਚਾਹੀਦੀਆਂ ਇੰਨੀਆਂ ਕੁ ਕਰ ਦੇਣੀਆਂ ਚਾਹੀਦੀਆਂ ਹੈਗੀਆਂ ਕਿ ਕੋਈ ਪ੍ਰੋਬਲਮ ਨਹੀਂ ਹੈਗੀ ਤੁਸੀਂ ਸਟాంਪ ਡਿਊਟੀ ਦਿਓ ਤੁਹਾਡਾ ਟਾਈਟਲ ਚੇਂਜ ਹੁੰਦਾ ਜਾਏਗਾ ਔਰ ਇਹਦੇ ਜੇ ਜਦੋਂ ਜਿੰਨਾ ਤੁਸੀਂ ਸਿੰਪਲੀਫਾਈ ਮੈਥਡ ਨੂੰ ਕਰ ਦੋਗੇ ਉਨੀ ਅਕਸਰਾਂ ਦੀ ਇਨਵੋਲਵਮੈਂਟ ਖਤਮ ਹੋ ਜਾਏਗੀ ਇਹ ਬਿਲਕੁਲ ਜਿਹੜੇ ਇਹ ਹਾਲਾਤ ਬਣੇ ਹੋਏ ਨੇ ਜ਼ਰੂਰ ਇੱਕ ਪਾਸੇ ਤਾਂ ਆਪਣਾ ਦੁੱਖਦਰਦ ਦੱਸਿਆ ਜਾ ਰਿਹਾ ਕਿ ਸਾਡੇ ਨਾਲ ਤੱਕਾ ਹੋ ਗਿਆ ਪਰ ਕੀ ਅਸਲ ਦੇ ਵਿੱਚ ਤੱਕਾ ਹੈ ਜਾਂ ਫਿਰ ਇੱਕ ਜਿਹੜਾ ਅਧਿਕਾਰੀ ਹੈ ਇੱਕ ਐਮਐਲਏ ਹੈ ਉਹ ਆਪਣੀ ਡਿਊਟੀ ਹੀ ਨਹੀਂ ਕਰ ਸਕਦਾ ਇਹੀ ਸਵਾਲ ਆਪਣਾ ਖੜਾ ਹੋਇਆ ਤੇ ਜਵਾਬ ਤੁਹਾਡੇ ਸਾਹਮਣੇ ਰੱਖਿਆ ਕਿ ਜ਼ਰੂਰ ਰਿਪਰੈਜ਼ੈਂਟੇਟਿਵ ਤਾਂ ਹੋ ਸੀਮ ਭਗਵੰਤ ਮਾਨ ਦੇ ਹੈ ਨੇ ਤੇ ਉਹਨਾਂ ਨੇ ਕੰਮ ਕਰਨਾ ਪਰ ਇਸ ਮਾਮਲੇ ਨੂੰ ਲੈ ਕੇ ਕਿਤਨਾ ਕਿਤੇ ਜਿਹੜੇ ਧਰਨਾ ਪ੍ਰਦਰਸ਼ਨਕਾਰੀ ਨੇ ਉਹਨਾਂ ਦੀਆਂ ਗੱਲਾਂ ਵੀ ਸੁਣਨੀਆਂ ਵਾajib ਨੇ ਖੈਰ ਇਸ ਤੋਂ ਇਸ ਮਾਮਲੇ ਦੇ ਸਬੰਧੀ ਅਗਾਜੋ ਕੁਝ ਹੁੰਦਾ ਹੈ ਇਹ ਧਰਨਾ ਕਿੰਨੀ ਦੇਰ ਤੱਕ ਚੱਲਦਾ ਹੈ 26 ਤਰੀਕ ਨੂੰ ਕੀ ਹੁੰਦਾ ਉਹ ਸਭ ਸਾਹਮਣੇ ਆਂਦਾ ਰਹੇਗਾ ਬਣੇ ਰਹੋ 1 India Punjabi ਤੇ Subscribe to 1 India channel and never miss an update